ब्रेक तो बाद थोड़ा स्वागत है जी। मैं जिम्मे गल बबर साहब तुहाडे नाल ते डॉक्टर साहब जिम्मे गल कर सी, किसी ना किसी एक लैवल ते असी एक पद्धर ते सारे इकट्ठे हैं कि लोग चाहते हैं कि सिख मसलों पर एक मत होकर सर गल करिए। यह तो मसले बहुत इंपॉर्टेंट है जिसे तुम गल की है, क्योंकि गुरु नानक नाल संबंधित गुरद्वारा इतिहासक गुरद्वारा हो लोग जिम्मे कहते हैं विसले ने अग्ञान ने। अग्ञान होने का मतलब है कि उन्होंने कोई हक नहीं लीडरशिप का, जो वो ज्ञान ने इस तरह के इशू से। लेकिन यह गल सर करनिया ने बबर साहब थोड़े वाल आना है, लेकिन उस तो पहले भोपाल तो साढ़े कॉलेज जुड़े हैं उन्होंने अभी लैना है। अरोड़ा साहब की कहना चाहते हो तुम? साहब जी सर अरोड़ा जी, अरोड़ा साहब हाँ जी, तुम की कहना चाहते हो इस मुद्दे से? बिल्कुल ठीक है जी, ठीक है जी। अरोड़ा साहब थोड़ी जी गल इतने सामने सारे दोस्त सारी जिम्मे कह रहे ने, यह तो गल उ है कि सारी दुनिया सौ गई है, क्यों नहीं है इशू उठाया जा रहा है, ये पिछले की कारण लगता है? डॉक्टर साहब मैनू इस गल की बेहद खुशी है कि आम सिख संगत पंजाब का कोई ऐसा हिस्सा नहीं जिथों लगातार फोन नहीं आ रहे और लोग हरिद्वार हरकती पौड़ी नहीं पहुँच रहे। तुसी अंदाजा लगाओ तरन तारण तो बठिंडे तो बटाले तो कपूरथले तो पटियाले तो अंबाले तो मतलब कि जगराओं तो जमुना नगर तो जगाधरी तो उत्तराखंड सारा यूपी सारा लोग हजारों की गिनती पहुँच रहे ने, लीडर नहीं पहुँच रहे पर सिखा संगत दे विच आक्रोश वध रहा है, गुस्सा वध रहा है। आने वाले वक्त ते सिख संगत ने लीडर स्टेजा ते बोलन नहीं देना, रोक देंगे और लीडरशिप जनरेट होएगी, संगत दे विचों जनरेट होएगी और गुरु महाराज बख्शिश करेंगे, क्योंकि असी गुरु नानक दे सिख हाँ, असी अकाल पुरख नूं मनदे हाँ ते अकाल पुरख नूं मनदे हाँ ते साडा अकीदा है कि सतगुरु कृपा करेंगे एक लीडरशिप जनरेट करेंगे और आने वाले दिनों दे विच सिख संगत पूरी सिख लीडरशिप नूं स्टेजां ते आउण नहीं देगी। क्यों जी डॉक्टर साहब ਇਹਨਾਂ ਨਾਲ ਕਿੰਨੀ ਕਿ ਸਹਿਮਤੀ ਹੈ ਤੁਹਾਡੀ? ਮੈਂ ਇਹਨਾਂ ਦੀ ਇਹ ਗੱਲ ਜਿਹੜੀ ਹੈ ਚੜ੍ਹਦੀ ਕਲਾ ਲਈ ਉਹ ਤੇ ਮੈਂ ਵੀ ਸਪੋਰਟ ਕਰਦਾ ਵੀ ਹੋਣਾ ਇਸ ਤਰ੍ਹਾਂ ਹੀ ਚਾਹੀਦਾ, ਪਰ ਇੰਨਾ ਹੋ ਨਹੀਂ ਰਿਹਾ ਕਿਉਂਕਿ ਜਿਹੜੀ ਜਿਸ ਕਿਸਮ ਦੀ ਸਿਆਸਤ ਪੈਦਾ ਹੋ ਗਈ ਹੈ ਉਹਨੇ ਸਿੱਖ ਦੀ ਇੰਡੀਪੈਂਡੈਂਸ ਮਾਰ ਦਿੱਤੀ ਹੈ, ਇੰਡੀਪੈਂਡੈਂਸ ਗਲੋਬ ਮਾਰਤਾ ਘੱਟੋ ਘੱਟ ਪੰਜਾਬ ਵਿੱਚ ਮੈਂ ਦੇਖਦਾ ਵੀ ਇੱਥੇ ਕੀ ਹੋ ਰਿਹਾ, ਮਤਲਬ ਜਿੱਥੇ ਵੀ ਸਿਆਸਤ ਹੈ ਸਿਆਸਤ ਦੀਆਂ ਜਿਹੜੀਆਂ ਆਪਣੀਆਂ ਧਾਰਨਾਵਾਂ ਨੇ ਉਹ ਅਲੱਗ ਹੋਈਆਂ ਪਈਆਂ। ਫਿਰ ਮੈਂ ਸਮਝ ਆਇਆ ਕਿ ਜਦੋਂ ਵੀ ਅਸੀਂ ਆਪਣਾ ਰੋਲ ਮਾਡਲ ਆਪ ਨਹੀਂ ਲੱਭਦੇ, ਲੀਡਰ ਮੌਕੇ ਮੁਤਾਬਕ ਆਪਣਾ ਖੜਾ ਨਹੀਂ ਕਰ ਸਕਦੇ ਤੇ ਉਦੋਂ ਅਸੀਂ ਹਾਈਜੈਕ ਹੋ ਜਾਂਦੇ ਹਾਂ। ਉਦੋਂ ਸਾਨੂੰ ਜਦੋਂ ਇਹ ਹਾਈਜੈਕ ਅਪਹਰਨ ਹੋਣ ਦੀ ਜਿਹੜੀ ਬਿਰਤੀ ਸਾਡੇ ਅੰਦਰ ਪੈਦਾ ਹੋਈ ਹੈ ਉਹ ਸਾਡਾ ਬੇਸਿਕ ਨੁਕਸਾਨ ਕਰ ਰਹੀ ਹੈ। ਇਹ ਹੋਇਆ ਤੇ ਹੈ ਬਾਣੀ ਨਾਲ ਟੁੱਟਣ ਕਰਕੇ ਜੀ, ਇਹ ਹੋਇਆ ਹੈ। ਮਤਲਬ ਜਿਹੜੀ ਸੰਗਤ ਬਣਨ ਉੱਠ ਕੇ ਲੀਡਰ ਟੁੱਟ ਗਏ, ਲੀਡਰ ਤਾਂ ਖੈਰ ਮਤਲਬ ਲੀਡਰ ਨੂੰ ਤਾਂ ਛੱਡ ਦਿਓ ਤਾਂ ਮੈਂ ਰਾਈਟ ਆਫ ਕਰ ਰਿਹਾ। ਸੰਗਤ ਵੀ ਟੁੱਟ ਗਏ, ਉਹਨਾਂ ਦਾ ਪ੍ਰਾਇਰਟੀ ਇਹ ਹੈ ਕਿ ਉਹਨਾਂ ਨੇ ਤਾਕਤ ਤੇ ਜੱਫਾ ਕਿਵੇਂ ਮਾਰਨਾ, ਦੂਜੇ ਨੂੰ ਐਕਸਪਲੋਇਟ ਕਿਵੇਂ ਕਰਨਾ। ਮੈਂ ਬੇਵਕੂਫ ਬਣਾਉਣਾ ਵੀ ਨਹੀਂ ਕਹਿੰਦਾ, ਮੈਂ ਕਹਿੰਦਾ ਐਕਸਪਲੋਇਟ ਕਿਵੇਂ ਕਰਨਾ, ਇਹ ਉਹਨਾਂ ਦਾ ਰਾਈਟ ਹੈ, ਇਹ ਸਿਆਸਤ ਦਾ ਰਾਈਟ ਰਿਹਾ। ਮੈਂ ਉਹਨੂੰ ਮਤਲਬ ਰਾਈਟ ਨੂੰ ਡਿਨਾਈ ਨਹੀਂ ਕਰਦਾ, ਪਰ ਮੈਂ ਮੁੜ ਕੇ ਉੱਥੇ ਆ ਰਿਹਾ ਕਿ ਜਦੋਂ ਅਸੀਂ ਬਾਣੀ ਨਾਲੋਂ ਟੁੱਟਾਂਗੇ ਤੇ ਫਿਰ ਸਾਨੂੰ ਬੰਦੇ ਵੱਡੇ ਵਿਸ਼ਵਾਸ ਕਰਨਾ ਪਏਗਾ, ਸਾਨੂੰ ਗੁਰੂ ਨੇ ਇਹ ਆਗਿਆ ਦਿੱਤੀ ਹੋਈ ਨਹੀਂ। ਇਹ ਮੈਂ ਇਸ ਕਰਕੇ ਇਸ ਆਧਾਰ ਤੇ ਮੈਂ ਸਮਝਦਾ ਕਿ ਬਾਬਰ ਸਾਹਿਬ ਵਾਲੀ ਗੱਲ ਹੋਣੀ ਠੀਕ ਹੈ ਕਿ ਲੋਕਾਂ ਨੇ ਉੱਠਣਾ ਹੈ, ਇਸ ਗੱਲ ਬਾਰੇ ਸੋਚਣਾ ਹੈ। ਪਰ ਮੈਂ ਇੱਕ ਗੱਲ ਬੜੀ ਸਿੱਧੀ ਹੈ ਕਿ ਜਿਹੜੀ ਆਸਥਾ 'ਚ ਗੱਲ ਵੜ ਜਾਏ ਉਹ ਵੀ ਨਹੀਂ ਜਾਂਦੀ, ਪਰ ਜਿਹੜੀ ਕਿਸੇ ਕੌਮ ਦੀ ਸਾਂਝੀ ਸਮਝ ਬਣ ਜਾਏ ਉਹਨੇ ਕਿੱਥੇ ਜਾਣਾ। ਕੋਈ ਸਰਕਾਰ ਇਸ ਗੱਲ ਨੂੰ ਨਹੀਂ ਰੋਕ ਸਕਦੀ, ਇਹ ਸਾਬਤ ਵੀ ਹੋ ਗਈ ਹੈ ਕਿ ਉਹ ਆਲਟਰਨੇਟਿਵ ਦੇ ਰਹੇ ਨੇ। ਇਹ ਕਮਿਊਨਿਟੀ ਨੇ ਮਤਲਬ ਸਾਡੀ ਮਤਲਬ ਜਿਹੜੀ ਹੈਗੀ ਹੈ ਹੁਣ ਸਾਨੂੰ ਜਿਹੜਾ ਫੈਸਲਾ ਕਰਨ ਵਾਸਤੇ ਸੰਗਤ ਨੂੰ ਥਰੂ ਲੀਡਰਸ਼ਿਪ ਆਉਣਾ ਪੈ ਰਿਹਾ। ਪਰ ਇਸ ਵੇਲੇ ਜਿਹੜੀ ਹੈ ਇਹ ਮੇਰੀ ਮਤਲਬ ਧਾਰਨਾ ਇਹ ਹੈ, ਮੈਂ ਜ਼ੋਰ ਨਾਲ ਕਹਿ ਰਿਹਾ ਕਿ ਇਸ ਵੇਲੇ ਸਿਆਸਤ ਦੇ ਹੱਥੋਂ ਗੱਲ ਮਤਲਬ ਜਥੇਦਾਰ ਅਕਾਲ ਤਖਤ ਨੂੰ ਆਪਣੇ ਹੱਥ 'ਚ ਲੈਣੀ ਚਾਹੀਦੀ ਹੈ। ਜੇ ਉਹ ਨਹੀਂ ਲੈਣਗੇ ਤੇ ਉਹ ਮਤਲਬ ਸੰਗਤ ਦੇ ਵਿਸ਼ਵਾਸ ਨਾਲ ਨਿਆਂ ਨਹੀਂ ਕਰ ਰਹੇ ਹੋਣ। ਬਿਲਕੁਲ ਗੱਲ ਠੀਕ ਹੈ। ਹੁਣ ਤੁਹਾਡੇ ਨਾਲ ਸਾਡੇ ਨਾਲ ਜੁੜੇ ਸੀ ਦੋ ਤਿੰਨ, ਕਿਉਂਕਿ ਡਾਕਟਰ ਬਲਕਾਰ ਸਿੰਘ ਗੱਲ ਕਰ ਰਹੇ ਸੀ ਦਿੱਲੀ ਤੋਂ, ਭੋਪਾਲ ਤੋਂ ਤੇ ਹੋਰ ਪਾਠ ਜੁੜੇ ਸੀ ਸਾਡੇ ਨਾਲ ਦਰਸ਼ਕ। ਹੁਣ ਪਠਾਨਕੋਟ ਤੋਂ ਸਾਡੇ ਮਨਜੀਤ ਸਿੰਘ ਜੁੜੇ ਨੇ, ਮਨਜੀਤ ਸਿੰਘ ਹੋਰਾਂ ਨਾਲ ਅਸੀਂ ਜਿਹੜੀ ਹੈ ਗੱਲ ਕਰਦੇ ਹਾਂ। ਹਾਂ ਸਰ ਮਨਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂ
ਜੀ ਜੀ ਦੱਸੋ ਹਾਂ ਜੀ ਹਾਂ ਸੁਣ ਰਹੇ ਤੁਹਾਡੀ ਗੱਲ ਅਸੀਂ ਬੱਬਰ ਸਾਹਿਬ ਇਹਦਾ ਜਵਾਬ ਦੇਣਗੇ ਕਿ ਤੁਸੀਂ ਮਨਜੀਤ ਸਿੰਘ ਜੀ ਨਾਲ ਕਿੰਨਾ ਕੁ ਸਹਿਮਤ ਹੋ। ਦੇਖੋ ਜੀ ਸ਼ੱਕ ਕਰਨਾ ਤੇ ਸਭ ਦਾ ਹੱਕ ਹੈ ਜੀ, ਲੋਕ ਸ਼ੱਕ ਵੀ ਕਰਨਗੇ, ਲੋਕ ਆਈਡੀਆ ਵੀ ਲਗਾਣਗੇ, ਲੋਕਾਂ ਦਾ ਰੁਝਾਨ ਉਧਰ ਜਾਏਗਾ ਕਿ ਕਿਉਂ ਨਹੀਂ ਆਏ इतने अच्छे आदमी, इतनी हाईएस्ट सीट ते पहुंचन वाले, सारी सिख कौम उन्हां वल वेखदी है, वो किहड़े कारण रहे होणगे, वो क्यों नहीं आए होणगे, लोक आइडिया लगाणगे। सपोज नहीं आउंदे, हुण आपां गल अगे बधाईए, नहीं आउंदे जी ते फिर गुरचरण सिंह बब्बर की करेगा? अकाल तख्त ते ते रूढ़ सिंह भी रहे जी, अकाल तख्त ते बड़े बड़े होर भी रहे ने जिन्हां ने मर्यादा नहीं रखी, जिन्हां ने अपमान करवाया, दौर कदी नहीं रुकिया ना रुकेगा, पर सिख कौम चढ़दी कला च रहेगी। लोकां नूं हुण पता लग गया है। प्रोग्राम है, मैं थोड़ी गल कर रहा हूं। असी जी गुरु नानक साहब जी दा प्रकाश उत्सव बड़ी धूम धाम नाल हरदी पौड़ी विखे गुरुद्वारा ज्ञान गोदरी जिथे सी उसके सामने मनावांगे, जिथे हजारां सिंह पहुंचणगे, हुक बाई क्रुक मनावांगे। इस बार तुहानूं उत्थे अरदास नहीं कर दित्ती गई? नहीं, होया इस तरह कि उन्होंने 144 लगा दी, सारा हरिद्वार छौनी बना दिता, मजिस्ट्रेटा तो लैके डीएम तो लैके सारे फोर्स सड़कां और चौराहियां ते आ गई। असी लोग छुप छुपा के बड़ी वड्डी गिनती दे विच हरदी पौड़ी के बड़े नज़दीक आ गए, जिथे कमांडो खड़े सन, बंदूकां लैके ब्लैक कैट खड़े सन, जिथे बाबा जी का स्थान है उस स्थान उन्होंने घेर रखा सी, ते सानू उन्होंने एकदम दूजी टीम ने घेर लिया। असी उत्थे बैठ गए क्योंकि अकाल तख्त साहब के जथेदार ने कहा कि मैं जपजी साहब का सुखमनी साहब का पाठ करांगा। दो सिंह ने चढ़दी कला दे विच रह के उत्थे पाठ किया, अरदास की, पुलिस की कस्टडी दे विच, सिटी मजिस्ट्रेट और डीएम की मौजूदगी, SSP की मौजूदगी, असी उत्थे उन्होंने सानू डिटेन कर लिया, पर अरदास की सिख ने क्योंकि अकाल तख्त साहब के जथेदार ने आना सी। सानू इस गल दी सिलसिला तो फिर भी हो सकता है जिहड़ा तुसीं हुण कीता, जो तुसीं दोबारा जाओगे तो फिर भी रिपीट होएगा। देखो जी असी एक गल मन बना लिया, असी उन्होंने पूछा कि भाई तुसी सानू क्यों रोक रहे हो, कहंदे ने पहले राम मंदिर वालों को रोका था ना, उन्होंने मस्जिद ढा दी थी। मैं क्या हाली साडा दुकाना ढाण दा कोई इरादा नहीं जी, तुसी सोच रहे हो कि असी अज दुकाना ढाण आए ना, असी उस तरह दा काम नहीं कर। हाले ना मतलब कि ओ स्टेज नहीं है, ਤੁਸੀਂ ਸਾਨੂੰ ਅਲਟੀਮੇਟਲੀ ਤੁਸੀਂ ਅਸੀਂ ਕਿਹਾ ਅਸੀਂ ਆਈ ਸੀ ਅਸੀਂ ਉਸ ਨਾ ਤੁਸੀਂ ਨਾਲ ਕਿ ਨੈਕਸਟ ਸਮਤ ਨਹੀਂ। ਮੈਂ ਮਤਲਬ ਦੇਖੋ ਇਹ ਹੈ ਵੀ ਇਹ ਪਬਲਿਕ ਇਸ਼ੂ ਨਹੀਂ ਬਣਨਾ ਚਾਹੀਦਾ ਜੀ, ਇਹ ਮਤਲਬ ਸਿੱਖ ਆਸਥਾ ਦਾ। ਜੇ ਮੈਂ ਤੁਹਾਨੂੰ ਮਾਫ ਕਰਾਂ, ਤੀਜੀ ਵਾਰ ਸਾਡਾ ਦਿੱਲੀ ਤੋਂ ਕਾਲਰ ਜਿਹੜੇ ਨੇ, ਮੈਨੂੰ ਡਾਕਟਰ ਪ੍ਰਕਾਸ਼ ਸਿੰਘ ਇਸ ਕਰਕੇ ਵੀ ਚੰਗਾ ਲੱਗ ਰਿਹਾ, ਸਾਡੀਆਂ ਭੈਣਾਂ ਜਿਹੜੀਆਂ ਨੇ ਨਾ ਉਹ ਸਾਡੇ ਪ੍ਰੋਗਰਾਮ 'ਚ ਸਾਡੇ ਨਾਲ ਸ਼ਾਮਲ ਹੋ ਰਹੀਆਂ ਨੇ। ਰਵਿੰਦਰ ਕੌਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਹਾਂਜੀ ਰਵਿੰਦਰ ਕੌਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਤੁਸੀਂ ਆਪਣਾ ਟੀਵੀ ਦੇ ਆਵਾਜ਼ ਨੀਵੀਂ ਕਰੋ ਜੀ, ਫਿਰ ਸਾਡੇ ਨਾਲ ਅਪਡੇਟ। ਹਾਂਜੀ ਹਾਂ, ਹੁਣ ਗੱਲ ਕਰੋ। ਹੈਲੋ, ਹਾਂਜੀ ਹਾਂ, ਹਾਂਜੀ ਮੈਂ ਇਹ ਪੁੱਛਣਾ ਚਾਹ ਰਹੀ ਸੀ ਕਿ ਇਹ ਕੁਈਨ ਬਟਨ ਦਾ ਵੈਲਕਮ ਕਰਨ ਵਾਸਤੇ ਦਿੱਲੀ ਦੇ ਸਿੱਖ ਸਾਰੇ ਇਕਜੁੱਟ ਹੋ ਸਕਦੇ ਨੇ ਜੀ, ਤੇ ਸਾਡੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜਗ੍ਹਾ ਹੈਗੀ ਹੈ ਗਿਆਨ ਗੋਦੜੀ ਸਾਹਿਬ, ਉਸ ਇਸ਼ੂ ਨੂੰ ਚੁੱਕਣ ਲਈ ਉਹ ਕਿਉਂ ਨਹੀਂ ਅੱਗੇ ਵੱਧ ਰਹੇ? ਬਿਲਕੁਲ, ਤੁਹਾਡਾ ਬਹੁਤ ਅਹਿਮ ਸਵਾਲ ਇਹਨਾਂ ਨੇ ਨੁਕਤਾ ਖੜਾ ਕੀਤਾ ਇਸ ਗੱਲ ਦੇ ਵਿੱਚ। ਦੇਖੋ ਤੁਸੀਂ, ਦੇਖੋ ਮੈਨੂੰ ਇਸ ਗੱਲ ਦੀ ਹੈਰਾਨੀ, ਇਸ ਮੁੱਦੇ ਤੇ ਸਿੱਖ ਇਕਜੁੱਟ ਨੇ ਜੀ, ਜਿਹੜਾ ਸਾਇਲੈਂਟ ਹੈ ਉਹ ਇਨਫੋਰਮੇਸ਼ਨ ਤੋਂ ਦੂਰ ਬੈਠਾ ਹੈ ਜਾਂ ਕੋਈ ਹੋਰ ਕਾਰਨ ਹੋ ਸਕਦਾ? ਮੈਂ ਇਹ ਵਿਸ਼ਵਾਸ ਹੀ ਨਹੀਂ ਕਰ ਸਕਦਾ ਵੀ ਗੁਰੂ ਨਾਨਕ ਦਾ ਗੱਲ ਹੋਵੇ, ਗੁਰਦੁਆਰੇ ਦੀ ਗੱਲ ਹੋਵੇ ਜੀ, ਤੇ ਗੁਰਦੁਆਰੇ ਦੀ ਗੱਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਜੁੜ ਜਾਂਦੀ ਹੈ, ਜੇ ਇਹਦੇ ਤੇ ਸਿੱਖ ਕੋਈ ਸਾਇਲੈਂਟ ਬਹਿ ਜਾਏ ਇਹ ਨਹੀਂ ਹੋ ਸਕਦਾ। ਈਵਨ ਮੈਂ ਜਿਵੇਂ ਹੁਣ ਇਹਨਾਂ ਨੇ ਬੱਬਰ ਸਾਹਿਬ ਨੇ ਦੱਸਿਆ ਕਿ ਸਰਨਾ ਸਾਹਿਬ ਵੀ ਕਹਿੰਦੇ ਨੇ, ਮੱਕੜ ਸਾਹਿਬ ਵੀ ਕਹਿੰਦੇ ਨੇ, ਜਦੋਂ ਦੋ ਕਹਿੰਦੇ ਨੇ ਮਤਲਬ ਕਿਸੇ ਜਥੇਦਾਰ ਨੂੰ ਇਸ ਤਰ੍ਹਾਂ ਤੇ ਰੋਕਿਆ ਨਹੀਂ, ਜੇ ਚੁੱਪ ਹੈ ਤੇ ਮਤਲਬ ਸਿਆਸਤ ਚੁੱਪ ਹੈ, ਉਸ ਤਲਿਸਮੀ ਹੋ ਗਈ ਹੈ ਸਾਡੇ ਵਾਸਤੇ ਉਹਦੀ, ਜਿਵੇਂ ਇਹਨਾਂ ਨੇ ਕਿਹਾ ਠੀਕ ਹੈ, ਉਹਨਾਂ ਦੀ ਅਸੀਂ ਉਹਨੂੰ ਵਿਆਖਿਆ ਕਰਨੀ, ਇੰਟਰਪ੍ਰੀਟੇਸ਼ਨ ਕਰਨੀਆਂ ਸ਼ੁਰੂ ਕਰਾਂਗੇ, ਉਹਦੇ ਨਾਲ ਇੱਕ ਮਤਲਬ ਅੰਦਰ ਤੌਰ ਤੇ ਗਲਤ ਗੱਲ ਖੜੀ ਹੋ ਜਾਏਗੀ। ਮੈਂ ਸਿਆਸਤਦਾਨਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਸਿੱਖ ਜਿਹੜਾ ਵਹਾ ਹੈ ਇਹਦੇ, ਇਹਨੂੰ ਠੱਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਹ ਹੜ ਬਣ ਜਾਏਗਾ ਤੇ ਸਾਰਿਆਂ ਵਾਸਤੇ ਖਤਰਨਾਕ ਹੋਏਗਾ। ਬਾਬਰ ਸਾਹਿਬ ਸਰ ਇੱਕ ਮਿੰਟ ਹੈ, ਕੀ ਕਹਿਣਾ ਚਾਹੁੰਦੇ?
मैं तो यह कहना चाहना कि जरा प्रकाश उत्सव मनाया जा रहा है बाबा जी का बहुत साल बाद ज्ञान गोदरी साहब उत्थे श्री अकाल तख्त साहब के जथेदार अगवाई कर मक्कर साहब श्रोमणी गुरुद्वारा प्रबंधक कमेटी वाले जन सरदार परमजीत सिंह सरना सारे मतभेद भुला के इन्हों खड़े होके कर असी इन्हों पिछे हाँ जी बिल्कुल ठीक है। प्यारे दर्शकों अज का जो मुद्दा से ये असी जिमें थोड़ा वादा किया फिर थोड़े को लेके आए समय की जी सीमा तुहानू भी पता है सानू भी पता है वह है तो सानू ख्याल रखना पैंदा। सवाल होर भी बड़े सी तुहाडे भी सी जिहड़े मेरे मन च भी सी जिहड़े साडे अज दे एक्सपर्ट ने इहनां नाल गल करनी सी लेकिन समय नूं देखदे होए असी इह प्रोग्राम इत्थे खत्म करांगे। पर एक नोट ते जिहदे च दोन्ने साडे एक्सपर्ट अज दे डॉक्टर बलकार सिंह जी ते सरदार बब्बर साहब गुरचरण सिंह बब्बर साहब दोन्ने साडे नाल इस गल ते सहमत ने कि सब नूं सियासत तों उपर उठ के ये क्योंकि बाबे नानक की जगह है ये सानू कट्ठे होना चाहिए इस आस नाल इस अरदास नाल असी सारे कट्ठे होके उस पासे जावांगे। मैं तुहाडा सब का धन्यवाद करदा ते तुहाडा बलकार सिंह जी एंड बब्बर साहब बहुत बहुत शुक्रिया।